ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਜੀ ਸਾਰੇ ਘੈਂਟ ਹੋ ਗਏ ਮੈਂਬਰ ਘੈਂਟ ਆ ਮੇਰਾ ਹੈਗਾ ਜੀ ਕਬੀਰ ਤੇ ਆਪਾਂ ਚੱਲੇ ਜੀ ਅੱਜ ਲੋਏ ਵੀਲ ਚੇਂਜ ਕਰਾਉਣ ਇਹਦੇ ਮੋਟਰਸਾਈਕਲ ਦੇ ਮੇਰੇ ਮੋਟਰਸਾਈਕਲ ਦੇ ਨਹੀਂ ਇਹਦੇ ਇਹਦੇ ਯਾਰ ਹੈਗੇ ਆ ਪਹਿਲੇ ਮਰਸੀਡੀਜ਼ ਵਾਲੇ ਤੇ ਇਹਨੂੰ ਚੇਂਜ ਕਰਾ ਕੇ ਇਹ ਕਹਿੰਦਾ ਮੈਂ ਪਾਉਣੇ ਐਸ ਸਿਲਵਰ ਕੇ ਦੂਸਰੇ ਬਲੈਕ ਸਿਲਵਰ ਵੇਖਾਂਗੇ ਸਿਲਵਰ ਸਿਲਵਰ ਵੀ ਸਹੀ ਲੱਗਦੇ ਆ ਬਲੈਕ ਵੀ ਸਹੀ ਲੱਗਦੇ ਆ ਇਹ ਕੋ ਵਹਿ ਲਵਾ ਦੇਣਾ ਇਹ ਸੋ ਜਿਆਦੀ ਡਿਮਾਂਡ ਆ ਓ ਯਾਰ ਇਹ ਚੱਲਦੇ ਚ ਬਹੁਤਾ ਪਤਾ ਜਿਆ ਨਹੀਂ ਲੱਗਦਾ ਕਿ ਲੋਏ ਵੀਲ ਪਏ ਕਿ ਨਹੀਂ ਉਹ ਐਸੋ ਵਾਲਿਆਂ ਦੀ ਜ਼ਿਆਦਾ ਗ੍ਰੇਸ ਜੀ ਲੁੱਕ ਜੀ ਵਧੀਆ ਲੱਗਦੀ ਐਸ ਵਾਲੇ ਆਪਣੀ ਜਗ੍ਹਾ ਵਾ ਇਹ ਆਪਣੀ ਜਗ੍ਹਾ ਵਾ ਇਹ ਆਪਾਂ ਸੇਲ ਨਹੀਂ ਕਰਨੇ ਇਹ ਨਵੇਂ ਰੱਖਣੇ ਆ ਇਹ ਵੇਚਦੇ ਸ਼ਾਇਦ ਮੈਂ ਸੋਚ ਰਿਹਾ ਕਿ ਮੈਂ ਲੱਲਾਂ ਜੇ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆ ਐਸ ਲੋਏ ਵੀਲ ਕਿਹੜੇ ਆ ਕਿੰਨੇ ਦੇ ਪੈਂਦੇ ਸਾਨੂੰ ਸੈਕਿੰਡ ਹੈਂਡ ਪਾਉਣੇ ਨਾ ਆਪਾਂ ਹਾਂ ਸੈਕਿੰਡ ਹੈਂਡ ਵਧੀਆ ਜੀ ਕੰਡੀਸ਼ਨ ਚ ਕੋਈ ਤੇ ਜੇ ਤੇ ਮੇਰੇ ਚੈਨਲ ਤੇ ਨਿਊ ਜੇ ਚੈਨਲ ਸਬਸਕ੍ਰਾਈਬ ਕਰ ਲਓ खराबी ना आए आप जिथे चले जे कल की खराबी भी आए भाई कहते आप है फिर कदी टेंशन इधर जा नहीं पता आवाज पता नहीं बड़ी आती है स्पलेंडर की पता नहीं कदी आवाज है इंजन इंजन से ओके है टायर पोन ओदो मैं ब्लॉग कंटिन्यू नहीं कर पाया टायर ही फिर चलेगा टायर ही जेडे लोए व्हील वेखे ना हजे सैकिंड हैंड आने भाई कहते सैकिंड हैंड भी आ जाओगे दो तीन दिन तक फेर पावांगे ट्यूबलैस कर दी डन सही है यार आहो जी कर दो आहो जी इत हो टायर लगे हुए स्पलेंडर के भी गए स्पलेंडर ग्रिप वाला मेन आप पसंद किया जो पूरा ग्रिप वाला है ना हूं आप चलते हैं फीडिंग करवा चुको फिर चुको दूसरी दुकान से जाना पैना होर भी यार लगे स्पलेंडर के जिन्ने मर्जी ਬਾਤ ਤੋਂ ਬਾਅਦ ਮੋਟੇ ਜਿੰਨੇ ਮਰਜ਼ੀ ਟਾਇਰ ਪਾ ਲਓ ਭਾਵੇਂ ਇੱਧਰ ਵੀ ਲੱਗੇ ਜੇ ਆ ਵੀ ਸਪਲੈਂਡਰ ਦੇ ਇਹ ਪਰ ਸੈਕਿੰਡ ਹੈਂਡ ਆ ਮੇਰੇ ਹਿਸਾਬ ਨਾਲ ਪਰ ਯਾਰ ਸੈਕਿੰਡ ਹੈਂਡ ਦੀ ਕੰਡੀਸ਼ਨ ਵੀ ਵੇਖੋ ਨਵੇਂ ਵਰਗੀ ਹੈ ਜਿਹੜਾ ਦਾ ਪਹਿਲਾ ਟਾਇਰ ਨਾ ਹੈਗਾ ਤੇ ਇਹ ਵੀ ਗ੍ਰਿਪਾਂ ਵਾਲਾ ਵਾ ਮੋਟਾ ਜਿਹਾ ਵਾ ਪਰ ਇਹ ਨਾ ਥੋੜਾ ਜਿਹਾ ਖਰਾਬ ਹੋਇਆ ਵਾ ਆ ਦੇਖੋ ਯਾਰ ਇਧਰੋਂ ਵੀ ਫਾਟਾ ਪਿਆ ਜੇ ਇਧਰੋਂ ਵੀ ਫਾਟਾ ਪਿਆ ਮਤਲਬ ਕਿ ਚਾਰੋਂ ਪੰਨੇ ਫਾਟਾ ਪਿਆ ਉਹਦੇ ਕਰਕੇ ਕੱਟਿਆ ਨਹੀਂ ਜਾਣਾ ਤੇ ਇਹਨੂੰ ਤੂੰ ਮੇਰਾ ਵੀਰ ਘਰੇ ਸਾਂਭ ਕੇ ਰੱਖੀ ਯਾਦਗਿਰੀ ਵਾਸਤੇ ਠੀਕ ਆ ਹੋ ਜਰੋ ਐਵੇਂ ਲੱਗਣਾ ਨਾ ਬੜਾ ਹੀ ਸੋਹਣਾ ਲੱਗਣਾ ਹੁਣ ਆਪਾਂ ਚੱਲੇ ਪਏ ਆ ਜੀ ਦੂਸਰੀ ਦੁਕਾਨ ਤੇ ਫੀਟਿੰਗ ਕਰਾਉਣ ਵਾਸਤੇ ਟਾਇਰ ਬਹੁਤਾ ਹੀ ਸੋਹਣਾ ਜੇ ਗ੍ਰਿਪ ਵਾਲਾ ਅੱਜ ਤੱਕ ਤੁਹਾਨੂੰ ਪਤਾ ਯਾਰ ਟ੍ਰੈਂਡਿੰਗ ਟਾਇਰ ਜਿਹੜੇ ਆਹੋ ਹੀ ਗਿਆ ਇਹਨੂੰ ਮੋਸਟਰ ਟਾਇਰ ਵੀ ਕਿਹਾ ਜਾਂਦਾ ਵਾ ਭਾਰਾ ਵੀ ਬਹੁਤ ਜ਼ਿਆਦਾ ਵਾ ਮੇਰੀ ਤੇ ਬਾਹ ਹੀ ਤਾਕੀ ਫੜਦੇ ਫੜਦੇ ਆ ਦੇਖੋ ਤੇ ਬਹੁਤਾ ਹੀ ਸੋਹਣਾ ਲੱਗਣਾ ਵਾ ਤੇ ਐਵਰੇਜ ਦਾ ਯਾਰ ਥੋੜਾ ਬਹੁਤਾ ਫਰਕ ਤੇ ਤੁਹਾਨੂੰ ਪਤਾ ਪੈਣਾ ਹੀ ਆ ਕਿ ਟਾਇਰ ਵੀ ਮੋਟਾ ਵਾ ਜੋਨੇ ਟਾਇਰ ਪਾਵਾਂਗੇ ਫਿਰ ਥੋੜਾ ਹੋਰ ਪੈ ਜਾਏਗਾ ਕੀ ਜਾਣੇ ਪਏ ਆ ਤੋ ਵੀ ਮਿੱਤਰੋ ਪਹੁੰਚ ਚੁੱਕੇ ਆ ਜੀ ਦੂਸਰੀ ਦੁਕਾਨ ਤੇ मित्रो वेख लो आ टायर अद्धा होना वा ते ए डबल हैगा वा ओहदे तों इह हैगा जी 110 नंबर इहदे 120 नंबर भी आउंदा भाई कहिंदे यार भाई कहते थोड़ा जहा फर्क होंगे वा इना फर्क भी नहीं हों 110 नंबर बेस्ट है वील वास्ते भी वील तो अपना खोलता है जी तो लोए वील हूँ अपना थोड़ा जहा साफ जहा कराने चंगी तरह कर दो यार साफ बड़ा ही गंदा है जी मेरे हिसाब न दो तीन साल हो गए तो मोटरसाइकिल नहीं धोया लगता पा ना एवं भाई इदा ही मरे जमया पै सारा ही कर दो फिर पूरा ही साफ पानी पीना पर अगे नो बोर्ड मारा फर्क पै गया कुछ ही मारा कला कोई चीज लाई हाँ जी सर्प सुर्प ना हाँ जी, हाँ जी। लिसा बोल हुंदा लिसा बोल मारे अच्छा हुन लगेगा टायर घंटा ना वो ज्यादा ही गंदा जा है वीर हेलो भाई हो गया लिसा बोलना निकल आई ना चमक दी
ਉੱਕੇ ਰਿਪੋਰਟ ਹੋ ਗਿਆ ਕੰਮ कोई नहीं फिर इधर करते हैं मोटरसाइकिल तुम तेरे कोई मोटरसाइकिल एक्टिव है वो कराओ गल कराओ गल लो भी मित्रों व्हील ते टायर ना वखरा जे लगन दिया जे वखरी जी लुक आ पैसे लाउन दा फायदा ते मैं कहना हैगा वैसे मोटे टायरां ते हणा बिल्कुल बिल्कुल वखरी जी लुक लगन पूरी वखरी टी वी कमेंट करके दस्सो तुहानूं किद्दां लग रिहा ते हुण आपां इक अद्धी रील जी शूट कर लईए भाई होणी सानूं डीकन दे कि कदों फिट करवाउणगे फिर हो जाणा अपना फिट कर दो भाई फिट हुण वेट नहीं होंदी किन्ना क 5 मिंट दा टाइम होर ना हांजी हांजी ਹਾਂ ਭਾਈ ਇਧਰ ਨੂੰ ਕਰਨਾ ਹੈ ਟੇਡਾ ਆ ਜਾਏਗਾ ਮਕਰਾੜ ਤੇ ਹਾਂਜੀ ਭਾਈ ਇਹ ਸਾਰੀ ਤੁਹਾਨੂੰ ਸੈਟਿੰਗ ਕਰਕੇ ਦਵਾਂਗੇ ਇਧਰ ਟੇਡਾ ਕਰ ਥੋੜਾ ਟੇਡਾ ਕਰ ਰਾਂਦੋ ਓਏ ਇੱਟ ਹੈਗੀ ਓ ਇੱਟ ਤੇ ਰਾਂਦੋ ਸਭ ਅੱਛਾ ਇੱਟ ਤੇ ਰਾਂਦੋ ਚਲੋ ਭਾਈ ਉੱਚਾ ਨੀਵਾ ਤਾਂ ਨਹੀਂ ਲੱਗੂਗਾ ਕਿਉਂਕਿ ਪਿਛਲਾ ਟਾਇਰ ਛੋਟਾ ਜੇ ਮੈਂ ਕਹਿੰਦਾ ਭਾਈ ਕਿ ਸਾਰੀ ਸੈਟਿੰਗ ਹੋ ਜਾਣੀ ਹੋਣੀ ਸਾਰੀ ਸੈਟਿੰਗ ਹੋ ਜਾਏਗੀ ਨਹੀਂ ਮੈਂ ਕਹਾਂ ਉਂਝ ਹੁੰਦਾ ਤੇ ਨਹੀਂ ਜਿਸਨਾ ਪਿਛਲਾ ਟਾਇਰ ਮੋਟਾ ਅਗਲਾ ਨੀਵਾ ਨਹੀਂ ਭਾਈ ਨਹੀਂ ਮੈਂ ਕਹਾਂ ਇਦਾਂ ਦਾ ਕੋਈ ਚੱਕਰ ਨਾ ਹੋਵੇ ਯਾਰ ਅਗਲਾ ਟਾਇਰ ਪਤਲਾ ਨਾ 2 ਮਿੰਟ ਰੁਕ ਜਾਓ ਬਸ ਗੁੱਲੀ ਇਹਦੇ ਨਾਲ ਵਿੱਚ ਡਿੱਗੀ ਹੋਈ ਹੈ ਗੁੱਲੀ ਗੁੱਲੀ ਵਜਾ ਨਹੀਂ ਆ ਰਿਹਾ व्हील पसंद भी हो गए सारे बस हब का पंगा पै गया क्योंकि पुराने मॉडल च भी आस वाले नवे मॉडल च भी आ ओद करके फिर यार नव जे सैकिंड हैंड एको पीस बचा ही भाई होनी कहते हूँ जो एक पीस आऊगा तो मैं फोन कर दाँगा फिर आ जाओ पवा लियो तो व्हील वेचते हैं जो नवे पवा लेंगे थोड़े दिन तक तो बाकी टायर जी मेन चीज़ है टायर पवा लें भी कहते टायर अपना फिट हो गया जे तो फीडिंग चैक कर लीए बस ओके अड़ू उड़ूगा तो नहीं ओके चल फिर हो गया यार डन टायर अपना ਉਹਦਾ ਹੀ ਸੋਹਣਾ ਲੱਗਾ ਦਾ ਯਾਰ ਚੈੱਕ ਕਰੋ ਮੇਰੀ ਗ੍ਰਿਪ ਵਾਲਾ ਟਾਇਰ ਉਹ ਟਾਇਰ ਫਿੱਟ ਹੋ ਗਿਆ ਤੋ ਆ ਟਾਇਰ ਦੀ ਨਾ 5 ਸਾਲ ਦੀ ਗਾਰੰਟੀ ਆ 5 ਸਾਲ ਕਿਤੇ ਨਹੀਂ ਜਾਣਾ 5 ਸਾਲ ਜੇ ਕਿਤੇ ਜਾਊਗਾ ਭਾਈ ਨਹੀਂ ਕਹਿੰਦੇ ਆਪਾਂ ਬੈਠੇ ਕਿਹੜੇ ਲੈਵਲ ਚਾਹੀਦੇ ਕਿਹੜੇ ਦੱਸੋ ਭਾਈ ਆਪਾਂ ਨੂੰ ਐਸ ਵਾਲੇ ਚਾਹੀਦੇ ਜੀ ਐਸ ਵਾਲੇ ਚਾਹੀਦੇ ਆ ਫੋਨ ਡਰਾਈਵ ਟਾਇਰ ਚੈੱਕ ਕਰੋ ਪੂਰਾ ਐਂਡ ਲੱਗਣ ਦਾ ਸਲਿੱਪ ਵਾ ਸਲਿੱਪ ਟਾਇਰ ਵੀ बाकी ना थोड़ा जहा भारा जहा मोटरसाइकिल हो गया है क्योंकि यार तुम पता टायर भारा वा एक दम चेंज करिए तो बंदे फील हों तो बाकी आहो ही अजला ब्लॉग जो वधिया लगा तो लाइक कमेंट शेयर कर दो मिलते हैं जी नैक्सट ब्लॉग से टिल एंड टेक केयर बाय बाय।